ਅਤੇ ਮੇਰਾ ਨਾਮ ਹੈ ਸਹਿਤਪ੍ਰੀਤ ਕੌਰ। ਸਹਿਤਪ੍ਰੀਤ, ਬਾਬਾ ਜੀ ਕੋ ਕੀ ਮੰਗਿਆ ਸੀ? ਮੈਂ ਬਸ ਸਾਈਕਲ ਹੀ ਮੰਗੀ ਸੀ। ਜਿਹੜੀ ਸਾਡੇ ਚੈਨਲ ਵੱਲੋਂ ਇੱਕ ਵੀਡੀਓ ਦਿਖਾਈ ਗਈ ਸੀ, ਜਿਹੜੀ ਇੱਕ ਭੈਣ ਨੇ, ਜਿਹੜੀ ਕਿ ਗੁਰਸਿੱਖ ਭੈਣ ਆ, ਉਹਨੇ ਇੱਕ ਸੈਟਅਪ ਲਗਾਇਆ ਸੀ ਖਾਣ ਪੀਣ ਦਾ। ਅਤੇ ਤੁਸੀਂ ਦੇਖ ਸਕਦੇ ਹੋ ਉਸ ਵੀਡੀਓ ਵਿੱਚ ਉਸ ਭੈਣ ਦੀ ਛੋਟੀ ਜਿਹੀ ਇੱਕ ਬੇਟੀ ਆ ਸਹਿਜ, ਜਿਹਨੇ ਕਿ ਬੜੇ ਹੀ ਤੋਤੀ ਜ਼ਬਾਨ ਵਿੱਚ ਬਾਬਾ ਜੀ ਵਾਲੀ ਅਰਦਾਸ ਬੇਨਤੀ ਕੀਤੀ ਸੀ ਵੀ ਬਾਬਾ ਜੀ ਮੇਰੀ ਮੰਮੀ ਦਾ ਕੰਮਕਾਰ ਨਹੀਂ ਚੱਲ ਰਿਹਾ, ਅਤੇ ਆਪਣੇ ਵਾਸਤੇ ਇੱਕ ਅਰਦਾਸ ਬੇਨਤੀ ਕੀਤੀ ਸੀ ਬਾਬਾ ਜੀ ਦੀ ਗਾੜੀ ਵੀ ਉਹਨੂੰ ਇੱਕ ਸਾਈਕਲ ਚਾਹੀਦਾ ਵਾ। ਅਤੇ ਤੁਸੀਂ ਦੇਖ ਸਕਦੇ ਹੋ ਰੱਬ ਦਾ ਫਰਿਸ਼ਤਾ ਬਣ ਕੇ ਪਹੁੰਚੇ ਨੇ ਸਰਦਾਰ ਦਲਜੀਤ ਸਿੰਘ, ਜਿਹੜੇ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੇ, ਉਹ ਰੱਬ ਦਾ ਫਰਿਸ਼ਤਾ ਬਣ ਕੇ ਸਾਈਕਲ ਲੈ ਕੇ ਆਏ ਨੇ ਇਸ ਧੀ ਦੇ ਵਾਸਤੇ। ਵੇਖੋ ਜੀ, ਇਹ ਬੇਟੀ ਦੇ ਚਿਹਰੇ 'ਤੇ ਜਿਹੜੇ ਲਿਫਾਜ਼ ਨਿਕਲੇ ਸੀ ਨਾ, ਉਹ ਕੋਈ ਰੱਬੀ ਰੂਹ ਸੀਗੇ ਜਾਂ ਉਹਦੇ ਵਿੱਚ ਰੱਬ ਵੱਸਿਆ? ਉਹਨੇ ਜਿਸ ਤਰ੍ਹਾਂ ਦੀ ਉਹ ਤੋਤਲੀ ਆਵਾਜ਼ ਵਿੱਚੋਂ ਗੱਲ ਕੱਢੀ ਸੀ ਨਾ, ਅਤੇ ਉਹ ਜਿਹੜੇ ਲਿਫਾਜ਼ ਸੀ ਨਾ, ਉਹ ਦਿਲ ਨੂੰ ਟੁੰਬਣ ਵਾਲੇ ਸੀਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ, ਅਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ। ਪਿਛਲੇ ਦਿਨ ਸਾਡੇ ਚੈਨਲ ਵੱਲੋਂ ਇੱਕ ਵੀਡੀਓ ਦਿਖਾਈ ਗਈ ਸੀ, ਜਿਹੜੀ ਇੱਕ ਭੈਣ ਨੇ, ਜਿਹੜੀ ਕਿ ਗੁਰਸਿੱਖ ਭੈਣ ਆ, ਉਹਨੇ ਇੱਕ ਸੈਟਅਪ ਲਗਾਇਆ ਸੀ ਖਾਣ ਪੀਣ ਦਾ। ਅਤੇ ਤੁਸੀਂ ਦੇਖ ਸਕਦੇ ਹੋ ਉਸ ਵੀਡੀਓ ਵਿੱਚ ਇਸ ਭੈਣ ਦੀ ਛੋਟੀ ਜਿਹੀ ਇੱਕ ਬੇਟੀ ਆ ਸਹਿਜ, ਜਿਹਨੇ ਕਿ ਬੜੇ ਹੀ ਤੋਤੀ ਜ਼ਬਾਨ ਵਿੱਚ ਬਾਬਾ ਜੀ ਵਾਲੀ ਅਰਦਾਸ ਬੇਨਤੀ ਕੀਤੀ ਸੀ ਵੀ ਬਾਬਾ ਜੀ ਮੇਰੀ ਮੰਮੀ ਦਾ ਕੰਮਕਾਰ ਨਹੀਂ ਚੱਲ ਰਿਹਾ, ਅਤੇ ਆਪਣੇ ਵਾਸਤੇ ਇੱਕ ਅਰਦਾਸ ਬੇਨਤੀ ਕੀਤੀ ਸੀ ਬਾਬਾ ਜੀ ਦੀ ਗਾੜੀ ਵੀ ਉਹਨੂੰ ਇੱਕ ਸਾਈਕਲ ਚਾਹੀਦਾ ਵਾ। ਤਾਂ ਤੁਸੀਂ ਦੇਖ ਸਕਦੇ ਹੋ ਰੱਬ ਦਾ ਫਰਿਸ਼ਤਾ ਬਣ ਕੇ ਪਹੁੰਚੇ ਨੇ ਸਰਦਾਰ ਦਲਜੀਤ ਸਿੰਘ, ਜਿਹੜੇ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੇ, ਇਹ ਅਕਸਰ ਲੋੜਵੰਦਾਂ ਦੀਆਂ ਸੇਵਾ ਕਰਦੇ ਨੇ ਅਤੇ ਲੋੜਵੰਦ ਦੇ ਕੰਮਕਾਰ ਤੇ ਜਿਹੜੇ ਪਹੁੰਚਦੇ ਨੇ। ਅਤੇ ਉਸ ਤੋਂ ਬਾਅਦ ਦਲਜੀਤ ਸਿੰਘ ਜਿਹੜੇ ਸਾਡੇ ਵੀਰ ਨੇ ਪੰਜਾਬ ਪੁਲਿਸ ਦੇ, ਉਹ ਰੱਬ ਦਾ ਫਰਿਸ਼ਤਾ ਬਣ ਕੇ ਸਾਈਕਲ ਲੈ ਕੇ ਆਏ ਨੇ ਇਸ ਧੀ ਦੇ ਵਾਸਤੇ। ਅਤੇ ਵੀਰ ਜੀ ਸਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵੀਰ ਜੀ ਨਿਰਪੱਖ ਪੋਸਟ ਚੱਲ ਰਹੇ। ਨਿਰਪੱਖ ਪੋਸਟ ਜਿਹੜਾ ਚੈਨਲ ਹੈ, ਉਹਨੂੰ ਵੇਖਣ ਵਾਲੇ ਅਤੇ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪਿਛਲੀ ਵੀਡੀਓ 'ਚ ਅਤੇ ਉਹ ਤੋਂ ਪਿਛਲੀ ਵੀਡੀਓ 'ਚ। ਬਹੁਤ ਵਧੀਆ, ਥੈਂਕ ਯੂ। ਹਾਂ ਬਿਲਕੁਲ ਜੀ, ਦਲਜੀਤ ਜੀ ਅਸੀਂ ਕਹਾਂਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਤੁਸੀਂ ਹੀਰੋ ਹੋ ਸਾਡੇ ਅਤੇ ਲੋਕਾਂ ਦੇ ਵੀ ਹੀਰੋ ਜੇ, ਕਿਉਂਕਿ ਇਸੇ ਤਰ੍ਹਾਂ ਤੁਸੀਂ ਹੀਰੋ ਬਣੇ ਰਹੋ ਅਤੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹੋ, ਕਿਉਂਕਿ ਲੋਕ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਨੇ ਅਤੇ ਤੁਹਾਨੂੰ ਪਿਆਰ ਕਰਦੇ ਰਹਿਣਗੇ। ਮੈਨੂੰ ਦੱਸੋ ਵੀ ਵੀਰ ਜੀ, ਵੀ ਧੀ ਨੇ ਫਰਿਆਦ ਕੀਤੀ ਸੀ ਰੱਬ ਗਾੜੀ ਵੀ ਸਾਈਕਲ ਚਾਹੀਦਾ ਤੁਹਾਡੀ ਜ਼ਬਾਨ ਵਿੱਚ, ਉਸ ਤੋਂ ਬਾਅਦ ਤੁਸੀਂ ਸਾਈਕਲ ਲੈ ਕੇ ਆਏ ਹੋ, ਕੀ ਕਹਿਣਾ ਚਾਹੋਗੇ? ਵੇਖੋ ਜੀ, ਇਹ ਬੇਟੀ ਦੇ ਚਿਹਰੇ 'ਤੇ ਜਿਹੜੇ ਲਿਫਾਜ਼ ਨਿਕਲੇ ਸੀ ਨਾ, ਉਹ ਕੋਈ ਰੱਬੀ ਰੂਹ ਸੀਗੇ ਜਾਂ ਉਹਦੇ ਵਿੱਚ ਰੱਬ ਵੱਸਿਆ? ਉਹਨੇ ਜਿਸ ਤਰ੍ਹਾਂ ਦੀ ਉਹ ਤੋਤਲੀ ਆਵਾਜ਼ ਵਿੱਚੋਂ ਉਹ ਗੱਲ ਕੱਢੀ ਸੀ ਨਾ, ਅਤੇ ਉਹ ਜਿਹੜੇ ਲਿਫਾਜ਼ ਸੀ ਨਾ, ਉਹ ਦਿਲ ਨੂੰ ਟੁੰਬਣ ਵਾਲੇ ਸੀਗੇ ਅਤੇ ਉਹ ਦਿਲ ਨੂੰ ਟੱਚ ਕੀਤੇ ਅਤੇ ਕਿਸੇ ਦੇ ਦਿਲ ਵਿੱਚ ਰੱਬ ਵੱਸਿਆ ਅਤੇ ਉਹਨੇ ਮੈਨੂੰ ਸਾਈਕਲ ਦੇ ਕੇ ਭੇਜਤਾ ਵੀ ਜਾਓ ਜੀ ਡਾਕੀਆ ਸਾਹਿਬ, ਸਾਈਕਲ ਦੇ ਆਓ ਭੈਣ ਨੂੰ, ਉਹ ਬੱਚੀ ਨੂੰ। ਔਰ ਬੱਚੀ ਦੇ ਚਿਹਰੇ 'ਤੇ ਅੱਜ ਸਮਾਈਲ ਆ ਗਈ। ਅੱਜ ਤੁਸੀਂ ਦੇਖਦੇ ਹੋ ਕਿ ਬੱਚੀ ਦਾ ਜਿਹੜਾ ਮੁਸਕਰਾਹਟ ਹੈ, ਉਹ ਬੱਚੀ ਦੀ ਖੁਸ਼ੀ ਦਾ ਉਹ ਝੱਲੀ ਨਹੀਂ ਜਾ ਰਹੀ ਕਿ ਜਿਹੜਾ ਅੱਜ ਤੁਸੀਂ ਦੇਖੋ ਨਾਲੇ ਭੈਣ ਕੋਲ ਜਿਹੜੇ ਪਹਿਲਾਂ ਘੱਟ ਆਉਂਦੇ ਸੀਗੇ ਤੁਹਾਡੀ ਵੀਡੀਓ ਰਾਹੀਂ, ਉਹ ਵੇਖ ਕੇ ਅਤੇ ਹੁਣ ਲੋਕ ਜਿਹੜੇ ਆ ਇੱਥੋਂ ਖਾਣਾ ਖਾਣ ਵੀ ਆਉਣ ਲੱਗ ਪਏ ਆ। ਪਰ ਮੈਂ ਕਹਾਂਗੇ ਅਜੇ ਵੀ ਉਹ ਲੋਕ ਵੀਰ ਘੱਟ ਨੇ ਜਿਹੜੇ ਕਿ ਪੰਜਾਬ ਆਪਣੇ ਅੰਮ੍ਰਿਤਸਰ ਵਿੱਚ ਵੱਸਦੇ ਨੇ ਅਤੇ ਜਿਹੜੇ ਭੈਣ ਦੇ ਇੱਥੇ ਸੈਟਅਪ 'ਚ ਨਹੀਂ ਆਉਂਦੇ, ਪਰ ਇੱਕ ਵਾਰੀ ਜ਼ਰੂਰ ਆਓ ਅਤੇ ਇੱਥੇ ਆ ਕੇ ਖਾਣਾ ਖਾਓ। ਅਤੇ ਵੀਰ ਜੀ ਕਿੱਸਾ ਦੇਖਦੇ ਹੋ, ਭੈਣ ਨੇ ਕਿਹਾ ਸੀ ਵੀ ਅਸੀਂ ਕਿਰਾਏ 'ਤੇ ਮਕਾਨ 'ਤੇ ਰਹਿੰਦੇ ਹਾਂ ਅਤੇ ਇੰਨੀ ਗਰਮੀ ਵਿੱਚ ਜਿਹੜੀ ਆ ਬੇਟੀ ਨੂੰ ਕਈ ਵਾਰੀ ਲਿਆਉਣਾ ਪੈਂਦਾ ਵਾ, ਕਈ ਵਾਰੀ ਘਰ ਛੱਡ ਕੇ ਆਉਣਾ ਪੈਂਦਾ, ਕਹਿੰਦਾ ਤਾਲਾ ਮਾਰ ਕੇ ਆਉਣਾ ਪੈਂਦਾ ਬੇਟੀ ਨੂੰ,
ਤੇ ਅੱਧੇ ਅੱਧੇ ਘੰਟੇ ਬਾਅਦ ਫੋਨ ਕਰਕੇ ਪੁੱਛਦੇ ਆ ਪੁੱਤ ਨੂੰ ਵੀ ਬੇਟਾ ਕੀ ਹਾਲ ਆ ਤੇਰਾ, ਕਿਉਂਕਿ ਛੋਟੀ ਬੱਚੀ ਆ 5.5 ਸਾਲ ਦੀ ਤੇ ਧਿਆਨ ਬੜਾ ਘਰ ਰਹਿੰਦਾ ਇਸ ਨੂੰ ਲੈ ਕੇ। ਤੇ ਉਸ ਤੋਂ ਬਾਅਦ ਵੀਡੀਓ ਵਿੱਚ ਉਹਨੇ ਬੋਲਿਆ ਵੀ ਸਾਈਕਲ ਚਾਹੀਦਾ, ਸਾਈਕਲ ਲੈ ਕੇ ਤੁਸੀਂ ਆਇਓ, ਫਰਿਸ਼ਤਾ ਬਣ ਕੇ ਆਇਓ, ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ, ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਵੀਰ ਨੇ ਤੁਹਾਨੂੰ ਡਿਊਟੀ ਲਗਾਈ ਆ, ਤੁਸੀਂ ਆਏ ਹੋ ਅਕਸਰ, ਤੁਸੀਂ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕਰਦੇ ਹੋ, ਕੀ ਕਹਿਣਾ ਚਾਹੋਗੇ? ਵੇਖੋ ਜੀ, ਪਰਮਾਤਮਾ ਸਾਹਿਬ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ, ਉਹਦੀ ਰਜ਼ਾ ਵਾ, ਉਹਦੀ ਕਿਰਪਾ ਵਾ ਕਿ ਸਾਨੂੰ ਤੰਦਰੁਸਤੀ ਦਿੱਤੀ ਆ। ਲੱਖਾਂ ਹਜ਼ਾਰਾਂ ਸਰੀਰ ਨੇ ਉਹ ਕਿਸੇ ਦੇ ਸਿਰ 'ਤੇ ਹੱਥ ਰੱਖ ਕੇ ਵੀ ਸੇਵਾ ਲੈ ਸਕਦਾ, ਪਰ ਉਹਨੇ ਜੇ ਸਾਡੇ ਕੋਲ ਸੇਵਾ ਲਈ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਇਹ ਸੇਵਾ ਨੂੰ ਪੂਰੀ ਨਿਭਾਉਣ ਦੀ, ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਜਾ ਸਕੇ, ਕਿਸੇ ਦੇ ਚਿਹਰੇ 'ਤੇ ਹਾਸਾ ਲਿਆਉਂਦਾ ਜਾ ਸਕੇ, ਅਸੀਂ ਇਹ ਸੇਵਾਵਾਂ ਨਿਭਾਉਂਦੇ ਰਵਾਂਗੇ। ਜਿਸ ਤਰ੍ਹਾਂ ਕਿ ਹੁਣ ਟ੍ਰੈਫਿਕ ਡਿਊਟੀ ਆ, ਟ੍ਰੈਫਿਕ ਡਿਊਟੀ ਦੇ ਵਿੱਚ ਜਿਹੜੇ ਛੋਟੇ 18 ਸਾਲ ਤੋਂ ਬੱਚੇ ਨੇ, ਅਸੀਂ ਉਹਨਾਂ ਵਾਸਤੇ ਕਹਾਂਗੇ ਵੀ ਇੱਕ ਤੁਹਾਨੂੰ ਅਪੀਲ ਹੈ ਕਿ ਜਿਹੜੇ ਨਵੇਂ ਕਾਨੂੰਨ ਆਏ ਆ ਇਹਦੇ ਵਿੱਚ ਜਿਹੜੇ ਛੋਟੇ 18 ਸਾਲ ਤੋਂ ਘੱਟ ਵਾਲੇ ਨੇ ਉਹ ਜਿਹੜੇ ਆਪਣੇ ਵਹੀਕਲ 2-ਵੀਲਰ 4-ਵੀਲਰ ਨਾ ਚਲਾਉਣ, ਮਾਪਿਆਂ ਨੂੰ 3 ਸਾਲ ਦੀ ਕੈਦ ਆ ਅਤੇ 25,000 ਜੁਰਮਾਨਾ ਵਾ। ਇਹ ਜਿਹੜੀ ਅੱਜ ਗੱਲ ਹੈਗੀ ਤੁਹਾਡੇ ਨਾਲ ਹੋ ਰਹੀ ਹੈ, ਇਹ ਇੱਕ ਮੀਡੀਆ ਰਾਹੀਂ ਤੁਸੀਂ ਲੋਕਾਂ ਤੱਕ ਪਹੁੰਚਾ ਦਿਓਗੇ, ਮੇਰੀ ਨਾਲ ਡਿਊਟੀ ਹੋ ਜਾਏਗੀ, ਨਾਲ ਇੱਕ ਇਹ ਸੇਵਾ ਹੋ ਜਾਏਗੀ, ਇੱਕ ਸੇਵਾ ਦੀ ਸੇਵਾ, ਨਾਲ ਇਹ ਬੇਟੀ ਦੇ ਚਿਹਰੇ ਤੱਕ ਮੁਸਕਾਹਟ ਲਿਆਉਣ ਦੀ ਇੱਕ ਆਪਾਂ ਕੋਸ਼ਿਸ਼ ਕੀਤੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਵੀ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਸਾਬਕ ਇੰਸਪੈਕਟਰ ਨੇ, ਅਤੇ ਉਹ ਵੀਰ ਨੇ ਗੁਰਸਿੱਖ ਜਿਹਨੇ ਪਿਛਲੇ ਦਿਨ ਇੱਕ ਧੀ ਦਾ ਆਨੰਦ ਕਾਰਜ ਕੀਤਾ ਸੀ, ਅਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਇਸ ਵੀਡੀਓ ਨੂੰ, ਅਤੇ ਸ਼ੇਅਰ ਵੀ ਬਹੁਤ ਲੋਕਾਂ ਨੇ ਕੀਤਾ ਸੀ। ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਾਂ, ਅਤੇ ਦਲਜੀਤ ਵੀਰ ਨੂੰ ਵੀ ਇੰਨੀਆਂ ਅਸੀਸਾਂ ਦਿੱਤੀਆਂ ਸੀ ਕਿ ਕਹਿ ਰੱਬ ਦਾ ਨਾਂ ਹੈ, ਅਤੇ ਵੀਰ ਦੀ ਕਿਸਤਾਂ ਦੇ ਦਿਓ, ਇੱਕ ਅਸੀਸ ਲੈਣੀ ਔਖੀ ਹੋ ਜਾਂਦੀ ਆ, ਉਹ ਵੀ ਪੰਜਾਬ ਪੁਲਿਸ ਦੇ ਵੀਰ ਵਾਸਤੇ, ਪਰ ਤੁਸੀਂ ਤਾਂ ਇੰਨੀਆਂ ਅਸੀਸਾਂ ਦੀਆਂ ਲੋਕਾਂ ਨੇ, ਤੁਹਾਨੂੰ ਬੜੇ ਲੋਕਾਂ ਨੇ ਆਸ਼ੀਰਵਾਦ ਦਿੱਤਾ, ਕੀ ਕਹਿਣਾ ਚਾਹੋਗੇ? ਵੇਖੋ ਜੀ, ਜਿਸ ਤਰ੍ਹਾਂ ਇੱਕ ਉਹ ਧੀ ਦਾ ਆਨੰਦ ਕਾਰਜ ਕੀਤਾ ਸੀਗਾ, ਉਹਦੇ ਵਿੱਚ ਵੀ ਲੋਕਾਂ ਦਾ ਬੜਾ ਪਿਆਰ ਦਿੱਤਾ। ਇੱਕ ਜਦੋਂ ਆਪਾਂ ਬਦਾਮ ਵੰਡੇ ਸੀਗੇ ਉਹਦੇ ਵਿੱਚ ਵੀ ਬੜਾ ਪਿਆਰ ਮਿਲਿਆ, ਔਰ ਜਿਹੜਾ ਲੋਕਾਂ ਨੂੰ ਅਸੀਂ ਇਹ ਛੋਟੀਆਂ ਛੋਟੀਆਂ ਪੋਸਟਾਂ ਪਾ ਕੇ ਅਵੇਅਰ ਕਰਦੇ ਪਏ ਹਾਂ ਉਹਦੇ ਵਿੱਚ ਵੀ ਲੋਕ ਬੜਾ ਪਿਆਰ ਕਰਦੇ ਨੇ, ਔਰ ਲੋਕ ਇਸ ਚੀਜ਼ ਨੂੰ ਚੰਗਾ ਸਮਝਦੇ ਨੇ। ਔਰ ਸਹੀ ਪੁੱਛੋ, ਲੋਕ ਕਹਿੰਦੇ ਕਿ ਤੁਹਾਡੀ ਵੀਡੀਓ ਦੇਖ ਕੇ ਅਸੀਂ ਸਰ ਜਾਂ ਅੰਕਲ ਜੀ ਤੁਹਾਡੀ ਵੀਡੀਓ ਵੇਖ ਕੇ ਅਸੀਂ ਸਹੁੰ ਪਾ ਲਈ ਹੈ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਰੂਲ ਨਹੀਂ ਤੋੜਨਾ, ਅਸੀਂ ਕੋਈ ਕਾਨੂੰਨ ਨਹੀਂ ਤੋੜਨਾ, ਅਤੇ ਅਸੀਂ ਜਿਹੜੇ ਆਪਣੇ ਡਾਕੂਮੈਂਟਸ ਪੂਰੇ ਲੈ ਕੇ ਚੱਲਣੇ, ਅਸੀਂ ਆਪਣੇ ਬੱਚਿਆਂ ਵਾਸਤੇ, ਅਸੀਂ ਆਪਣੇ ਬੱਚਿਆਂ ਨੂੰ ਸਮਝਾ ਰਹੇ ਹਾਂ ਵੀ ਆਹ ਅੰਕਲ ਵੇਖ ਲਓ ਆਹ ਬੋਲ ਰਹੇ ਆ, ਕਹਿੰਦੇ ਸਾਡੇ ਬੱਚੇ ਵੀ ਜਿਹੜੇ ਆ ਉਹ ਤੁਹਾਡੀ ਵੀਡੀਓ ਵੇਖ ਕੇ ਅਤੇ ਉਹ ਚੰਗੇ ਪਾਸੇ ਲੱਗ ਰਹੇ ਆ। ਵੀ ਅਫਸਰਾਂ ਵੱਲੋਂ ਕਿੰਨਾ ਕੁ ਮਾਨ ਸਨਮਾਨ ਮਿਲਦਾ ਸਾਨੂੰ ਪਤਾ ਗਾ, ਪਿਛਲੇ ਦਿਨ ਹੀ DGP ਸਾਹਿਬ ਜਿਹੜੇ ਕਿ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ, ਅਤੇ ਉਹਨਾਂ ਵੱਲੋਂ ਵੀ ਤੁਹਾਡੀਆਂ ਜਿਹੜੀਆਂ ਪੋਸਟਾਂ ਵਾ ਆਪਣੇ ਜਿਹੜੀ ਫੇਸਬੁੱਕ ਅਕਾਊਂਟ ਦੇ ਪੰਜਾਬ ਪੁਲਿਸ ਦੇ ਸ਼ੇਅਰ ਕੀਤੀ ਜਾਂਦੀਆਂ ਨੇ, ਕਹਿੰਦੇ ਵੀ DGP ਸਾਹਿਬ ਵੀ ਤੁਹਾਨੂੰ ਬਹੁਤ ਪਿਆਰ ਦਿੰਦੇ ਨੇ, ਬੜਾ ਮਾਣ ਸਤਿਕਾਰ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਤੁਸੀਂ ਵਿੱਚ ਵੀ ਵੀਰ ਜੀ ਨੂੰ ਜਿਹੜਾ ਮਾਣ ਸਤਿਕਾਰ ਮਿਲੇ ਨੇ ਪੰਜਾਬ ਪੁਲਿਸ ਦੇ, ਬੜੇ ਬੜੇ ਬੈਂਚ ਮੈਡਲ ਲੱਗੇ ਨੇ, ਬੜਾ ਮਨ ਖੁਸ਼ ਹੁੰਦਾ ਕਿਉਂਕਿ ਜਦੋਂ ਲੋਕ ਭਲਾਈ ਦੇ ਕੰਮ ਕਰਦੇ ਨੇ ਡਿਊਟੀ ਸੋਹਣੀ ਨਿਭਾਉਂਦੇ ਨੇ ਅਤੇ ਅਫਸਰਾਂ ਵੱਲੋਂ ਵੀ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਵਾ, ਅਤੇ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਪੰਜਾਬ ਪੁਲਿਸ ਦੇ ਵੱਡੇ ਅਫਸਰ ਜਿਹੜੇ ਇੰਨਾ ਮਾਣ ਸਤਿਕਾਰ ਦਿੰਦੇ ਨੇ, ਪਿਆਰ ਦਿੰਦੇ, ਖਾਸ ਕਰਕੇ DGP ਸਾਹਿਬ, ਕੀ ਕਹਿਣਾ ਦਲਜੀਤ ਜੀ? ਵੇਖੋ ਜੀ, ਕੋਈ ਵੀ ਚੀਜ਼ ਹੁੰਦੀ ਆ ਉਹ ਲੋਕਾਂ ਨੂੰ ਅੱਛੀ ਲੱਗਣੀ ਚਾਹੀਦੀ ਆ, ਉਹਨੂੰ ਜਿਹੜਾ ਐਕਸਪਲੇਨ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਕਿ ਉਹ ਤੁਸੀਂ ਐਕਸਪਲੇਨ ਕਿੱਦਾਂ ਕਰ ਪਾ ਰਹੇ ਹੋ। ਜੇ ਕੋਈ ਚੀਜ਼ ਅੱਛੀ ਆ ਅਤੇ ਨੁਕਤੇ ਦੇ ਮੁਤਾਬਕ ਆ, ਕਾਨੂੰਨ ਦੇ ਮੁਤਾਬਕ ਕਿਸੇ ਨੂੰ ਦੱਸੀ ਜਾ ਰਹੀ ਆ, ਅਤੇ ਜੇ ਉਹ ਲੋਕਾਂ ਨੂੰ ਅੱਛੀ ਲੱਗਦੀ ਆ ਅਤੇ ਉਹ ਜਿਹੜੀ ਵੀਡੀਓ ਲੋਕ ਪਸੰਦ ਕਰਦੇ ਆ, ਸ਼ੇਅਰ ਕਰਦੇ ਆ ਅਤੇ ਉਹ 'ਤੇ ਕਮੈਂਟ ਕਰਦੇ ਆ, ਉਹ ਜਿਹੜੀ ਵੀਡੀਓ ਵਾ ਉਹ ਵੇਖ ਕੇ ਹੀ ਸਾਡਾ ਡਿਪਾਰਟਮੈਂਟ ਜਿਹੜਾ ਉਹਨੂੰ ਉਸ ਅਕਾਊਂਟ ਵਿੱਚ ਪਾਉਂਦਾ ਵਾ, ਅਤੇ ਸਾਡੇ ਜਿਹੜੇ ਕਮਿਸ਼ਨਰ ਸਾਹਿਬ ਦੇ ਪੇਜ 'ਤੇ ਵੀ ਇਹ ਪੈਂਦੀਆਂ ਵਾ, ਕਿਉਂਕਿ ਇੱਕ ਲੋਕਾਂ ਨੂੰ ਅਵੇਅਰਨੈਸ ਵਾਸਤੇ ਜਿਹੜੀਆਂ ਵੀਡੀਓ ਆ ਇਹ ਪੈ ਰਹੀਆਂ ਵਾ। ਚੰਗਾ ਕੰਮ ਜਿਹੜਾ ਉਹਨੂੰ ਹਰ ਪਾਸੇ ਪ੍ਰਸ਼ੰਸਾ ਵਾ, ਚਾਹੇ ਤੁਸੀਂ ਆਪਣੇ ਘਰ ਦੇ ਨੇੜੇ ਕਰ ਲਓ, ਬਾਹਰ ਕਰ ਲਓ, ਮੁਹੱਲੇ 'ਚ ਕਰ ਲਓ, ਸ਼ਹਿਰ ਜਾ ਕੇ ਕਰ ਲਓ, ਕਲੋਨੀ 'ਚ ਕਰ ਲਓ, ਉਹ ਕਿਤੇ ਨਾ ਕਿਤੇ ਉਹਦੀ ਪ੍ਰਸ਼ੰਸਾ ਜਿਹੜੀ ਆ ਉਹ ਲੋਕ ਕਰਦੇ ਨੇ। ਅਗਰ ਉਹ ਪ੍ਰਸ਼ੰਸਾ ਦੇ ਯੋਗ ਅਲਫਾਜ਼ ਹੋਣਗੇ, ਪ੍ਰਸ਼ੰਸਾ ਦੇ ਯੋਗ ਵੀਡੀਓ ਹੋਏਗੀ,
ਪ੍ਰਸ਼ੰਸਾ ਦੇ ਯੋਗ ਉਹ ਨੁਕਤੇ ਹੋਣਗੇ ਅਤੇ ਤਾਂ ਹੀ ਲੋਕਾਂ ਨੂੰ ਚੰਗੇ ਲੱਗਣਗੇ, ਤਾਂ ਹੀ ਦੂਜੇ ਜਿਹੜੇ ਆ ਪੇਜ ਆ ਉਹਨਾਂ 'ਤੇ ਸ਼ੇਅਰ ਹੋ ਸਕਦੀ ਆ, ਨਹੀਂ ਤਾਂ ਵਰਨਾ ਬੜੀਆਂ ਵੀਡੀਓ ਆਈਆਂ ਅਤੇ ਬੜੀਆਂ ਚੱਲ ਕੇ ਖਤਮ ਹੋ ਗਈਆਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਸਰਦਾਰ ਦਲਜੀਤ ਸਿੰਘ, ਜਿਹੜੇ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ, ਅਕਸਰ ਲੋੜਵੰਦ ਲੋਕਾਂ ਦੇ ਜਿਹੜੇ ਕਿ ਵੀਡੀਓ ਪਾਉਂਦੇ ਨੇ, ਲੋਕਾਂ ਨੂੰ ਮਦਦ ਵੀ ਕਰਦੇ ਨੇ। ਅੱਜ ਧੀ ਦੇ ਵਾਸਤੇ ਆਏ ਨੇ ਕਿਉਂਕਿ ਧੀ ਨੇ ਸਾਈਕਲ ਮੰਗਿਆ ਸੀ, ਰੱਬ ਦਾ ਫਰਿਸ਼ਤਾ ਬਣ ਕੇ ਆਏ ਨੇ। ਧੀ ਛੋਟੀ ਜਿਹੜੀ ਸਹਿਜ ਹੈ 5.5 ਸਾਲ ਦੀ, ਬਾਬਾ ਜੀ ਕੋਲ ਅਰਦਾਸ ਬੇਨਤੀ ਕੀਤੀ ਸੀ ਵੀ ਉਸਨੂੰ ਸਾਈਕਲ ਦਿੱਤਾ ਜਾਵੇ, ਅੱਜ ਸਾਈਕਲ ਲੈ ਕੇ ਆਏ ਨੇ ਅਤੇ ਗੱਲਬਾਤ ਵੀ ਕਰਾਂਗੇ ਉਸ ਧੀ ਦੇ ਨਾਲ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ, ਧੀ ਜਿਹੜੀ ਆ ਆਪਣੀ ਮਾਤਾ ਜੀ ਦੇ ਨਾਲ ਬੈਠੀ ਆ, ਇੱਥੇ ਹਮੇਸ਼ਾ ਸਾਡਾ ਤਾਂ ਹੁੰਦੀ ਆ, ਗੱਲਬਾਤ ਵੀ ਕਰਾਂਗੇ ਧੀ ਦੇ ਨਾਲ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ, ਭੈਣ ਜੀ ਚੱਕ ਲਓ ਸਾਈਨ ਮਾੜਾ ਜਿਹਾ। ਤੁਸੀਂ ਦੇਖ ਸਕਦੇ ਹੋ 5.5 ਸਾਲ ਦੀ ਧੀ ਆ ਜਿਹੜੀ ਸਾਡੀ, ਅਤੇ ਫਤਿਹ ਜ਼ਰੂਰ ਸਾਂਝੀ ਕਰਾਂਗੇ, ਸਾਇਦ ਨਾਲ ਸਰਵਾਹ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਬਿਲਕੁਲ ਸਹਿਜ ਜੀ, ਬਾਬਾ ਜੀ ਕੋਲ ਕੀ ਮੰਗਿਆ ਸੀ ਸਾਡੀ ਧੀ ਪੁੱਤ ਨੇ, ਜ਼ਰੂਰ ਦੱਸ ਦਿਓ ਬਾਬਾ ਜੀ ਕੋਲ ਕੀ ਮੰਗਿਆ ਸੀ। ਮੈਂ ਸਾਈਕਲ ਮੰਗੀ ਸੀ, ਹੁਣ ਮੈਨੂੰ ਘਰ ਚਾਹੀਦਾ, ਮੈਂ ਉੱਥੇ ਸਾਈਕਲ ਚਲਾਉਂਗਾ। ਤੇ ਮੈਨੂੰ ਇਹ ਦੱਸੋ ਸਾਈਕਲ ਅੱਜ ਕੌਣ ਲੈ ਕੇ ਆਇਆ ਆਪਣੇ ਪੁੱਤ ਵਾਸਤੇ ਅੱਜ? ਮੇਰੇ ਪੁਲਿਸ ਵਾਲੇ ਅੰਕਲ, ਮੈਨੂੰ ਅੱਛੀ ਲੱਗੀ ਸਾਈਕਲ। ਅੱਛੀ ਲੱਗੀ ਆ, ਤੇ ਲੈ ਕੇ ਕੌਣ ਆਇਆ ਸਾਈਕਲ ਅੱਜ ਸਾਈਜ਼ ਵਾਸਤੇ? ਪੁਲਿਸ ਵਾਲੇ ਅੰਕਲ। ਪੁਲਿਸ ਵਾਲੇ ਅੰਕਲ ਲੈ ਕੇ ਆਏ ਨੇ, ਤੇ ਮੈਨੂੰ ਇਹ ਦੱਸੋ ਹੋਰ ਸਾਈਜ਼ ਨੇ ਬਾਬਾ ਜੀ ਕੋਲ ਕੀ ਮੰਗਿਆ ਸੀ, ਕੀ ਅਰਦਾਸ ਬੇਨਤੀ ਕੀਤੀ ਸੀ? ਕੁਛ ਮੰਗਿਆ, ਬਸ ਘਰ ਹੀ ਮੰਗਿਆ ਵਾ। ਤੇ ਮੰਮਾ ਜੀ ਦਾ ਕੰਮ ਕਾਰ ਨਹੀਂ ਮੰਗਿਆ ਸੀ? ਮੰਮਾ ਜੀ ਦਾ ਕੰਮ ਕਾਰ ਚੱਲੇ? ਮੈਂ ਘਰ ਮੰਮਾ ਦਾ ਹੀ ਬੋਲਿਆ ਸੀ, ਮੰਮਾ ਦਾ ਹੀ ਕੰਮ ਚੱਲੇ। ਹੋਰ ਪਾਪਾ ਦਾ? ਪਾਪਾ ਦਾ ਹੀ ਕਿਹਾ ਸੀ, ਪਾਪਾ ਦਾ ਹੀ ਕੰਮ ਚੱਲੇ। ਤੇ ਮੈਨੂੰ ਇਹ ਦੱਸ ਸਾਹਿਬ ਪੁੱਤ, ਜਦੋਂ ਮੰਮੀ ਪਾਪਾ ਕੰਮ ਤੇ ਹੁੰਦੇ ਨੇ ਤੇ ਤੂੰ ਇਕੱਲਾ ਘਰੇ ਹੁੰਦਾ, ਡਰ ਨਹੀਂ ਲੱਗਦਾ ਤੈਨੂੰ ਘਰੇ? ਮੇਰੇ ਕੋਲ ਡਰ ਨਹੀਂ ਲੱਗਦਾ, ਮੇਰੇ ਕੋਲ ਫੋਨ ਆਏਗਾ, ਮੈਂ ਫੋਨ ਹੀ ਕਰ ਲੈਂਦਾ, ਰੋ ਜਾਂਦੀ ਮੈਨੂੰ। ਠੀਕ ਹੈ, ਡਰ ਲੱਗਦਾ। ਤੇ ਮੈਨੂੰ ਦੱਸ ਹੁਣ ਪੁੱਤ ਕੋਲ ਸਾਈਕਲ ਆ ਗਿਆ ਵਾ, ਤੇ ਹੁਣ ਪੁੱਤ ਫਿਰ ਘਰੇ ਸਾਈਕਲ ਚਲਾਊਗਾ? ਫਿਰ ਸਾਈਕਲ ਚਲਾਉਂਗਾ। ਸਾਈਕਲ ਚਲਾਏਗਾ, ਤੇ ਸਾਈਕਲ ਦੀ ਜਾਂਚ ਆ ਗਈ ਬਹੁਤ ਮੇਰੇ ਨੂੰ? ਯਾਦ ਆਈ ਸੀ, ਜਾਂਚ ਆ ਗਈ ਸੀ। ਠੀਕ ਹੈ, ਤੇ ਧੰਨਵਾਦ ਕਿੱਦਾਂ ਕਰੋਗੇ ਪੁਲਿਸ ਵਾਲੇ ਅੰਕਲ ਦਾ? ਮੈਂ ਬੱਬੇ ਨੂੰ। ਥੈਂਕ ਯੂ। ਤੇ ਹੁਣ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ, ਜਿਸ ਭੈਣ ਦੀ ਧੀ ਨੇ ਫਰਿਆਦ ਕੀਤੀ ਸੀ ਪਰਮਾਤਮਾ ਗਾੜੀ ਕਿ ਉਹਨਾਂ ਦਾ ਕੰਮ ਘਰ ਚੱਲਿਆ ਸੀ ਉਸਦੀ ਮਾਂ ਦਾ, ਜੋ ਭੈਣ ਸਾਡੇ ਨਾਲ ਆ। ਭੈਣ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਕਿਸ ਤਰ੍ਹਾਂ ਦੇਖਦੀ ਆ, 5.5 ਸਾਲ ਦੀ ਬੱਚੀ ਆ ਛੋਟੀ ਜੀ, ਸਹਿਜ ਜਿਹੜਾ ਨਾਂ ਆ, ਉਹਨੇ ਬਾਬਾ ਗੜ੍ਹ ਦੀ ਅਰਦਾਸ ਕੀਤੀ ਸੀ ਕਿ ਉਸਨੂੰ ਸਾਈਕਲ ਚਾਹੀਦਾ ਬਾਬਾ ਜੀ, ਸਾਈਕਲ ਦਿੱਤਾ ਜਾਵੇ। ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਜਿਹੜੇ ਕਿ ਦਲਜੀਤ ਸਿੰਘ, ਰੱਬ ਦਾ ਫਰਿਸ਼ਤਾ ਬਣ ਕੇ ਆਏ ਨੇ, ਸਾਈਕਲ ਲੈ ਕੇ ਆਏ ਨੇ, ਕੀ ਕਹਿਣਾ ਚਾਹੇਂਗੇ? ਬਸ ਆਹੀ ਹੈ, ਬੱਚੇ ਤਾਂ ਵੈਸੇ ਸਾਰੇ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ। ਉਹਨੇ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੰਮੀ ਦਾ ਕੰਮ ਚੱਲੇ ਤਾਂ ਮੈਂ ਸਾਈਕਲ ਮੰਮੀ ਲੈ ਕੇ ਦੇਵੇਗੀ, ਪਾਪਾ ਦਾ ਕੰਮ ਚੱਲੇ ਸਾਈਕਲ ਲੈ ਕੇ ਦੇਣਗੇ। ਲੇਕਿਨ ਉਹੀ ਹੈ ਨਾ ਗੱਲ, ਕਹਿੰਦੇ ਨੇ ਨਾ ਬਾਬਾ ਜੀ ਆਪਣੇ ਰੂਪ 'ਚ ਕਦੇ ਕਿਹਨੂੰ ਭੇਜ ਦੇਣ ਕੋਈ ਪਤਾ ਨਹੀਂ, ਤਾਂ ਕਰਕੇ ਬਾਬਾ ਜੀ ਨੇ ਆਪਣੇ ਰੂਪ 'ਚ ਪੁਲਿਸ ਵਾਲੇ ਭਾਅ ਜੀ ਨੂੰ ਭੇਜਿਆ ਸਹਿਜ ਨੂੰ ਸਾਈਕਲ ਦੇਣ ਵਾਸਤੇ। ਅਤੇ ਸਹਿਜ ਦੀ ਤਾਂ ਅੱਜ ਖੁਸ਼ੀ ਤੁਸੀਂ ਦੇਖ ਹੀ ਸਕਦੇ, ਅੱਜ ਤਾਂ ਬਹੁਤ ਖੁਸ਼ ਹੈਗੀ ਉਹ। ਭੈਣ ਕੇ ਸੋਚਿਆ ਸੀ ਵੀ ਇਸ ਤਰ੍ਹਾਂ ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਆਊਗਾ ਅਤੇ ਸਾਈਕਲ ਦੇ ਕੇ ਜਾਊਗਾ, ਕੀ ਸੋਚਿਆ ਸੀ ਵਿੱਚ ਬਦਲੀ ਵਿੱਚ? ਨਹੀਂ, ਆਹ ਤਾਂ ਨਹੀਂ ਸੋਚਿਆ ਸੀ ਅਸੀਂ, ਕਿਉਂਕਿ ਪੁਲਿਸ ਵਾਲਿਆਂ ਨੂੰ ਹਮੇਸ਼ਾ ਸਮਾਨ ਲੋਕਾਂ ਦੇ ਚੱਕਦੇ ਸੁੱਟਦੇ ਹੀ ਦੇਖਿਆ, ਪਰ ਪਹਿਲੀ ਵਾਰ ਦੇਖਿਆ ਕਿ ਇੰਨੀ ਕਿ ਹਾਂ ਮੇਰੀ ਬੇਟੀ ਵਾਸਤੇ ਜਾਂ ਕਿਸੇ ਮੈਂ ਹਮੇਸ਼ਾ ਸੇਵਾ ਕਰਦੇ ਨੇ, ਉਹਨਾਂ ਦੀ ਵੀਡੀਓ ਅਸੀਂ ਦੇਖੀਆਂ ਨੇ ਕਿ ਉਹ ਹਮੇਸ਼ਾ ਹਰ ਕਿਸੇ ਦੀ ਸੇਵਾ ਕਰਦੇ ਨੇ, ਪਰ ਇੰਨੀ ਉਮੀਦ ਨਹੀਂ ਸੀ ਕਿ ਮੇਰੀ ਬੇਟੀ ਨਾਲ ਵੀ ਆਉਣਗੇ ਕਿ ਉਹਨੂੰ ਸਾਈਕਲ ਲੈ ਕੇ ਦੇ ਕੇ ਜਾਣਗੇ। ਭੈਣ ਕੀ ਲਫ਼ਜ਼ ਕਹਿੰਗੀ, 2 ਲਫ਼ਜ਼ ਦੇਣਾ ਜ਼ਰੂਰ ਸਾਂਝੀ ਕਰਦੇ ਹੋ ਉਸ ਵੀਰ ਵਾਸਤੇ, ਜਿਹੜੇ ਵੀਰ ਨੇ ਤੁਹਾਡੇ ਵਾਸਤੇ ਸਾਈਕਲ ਲੈ ਗਿਆ ਬੇਟੀ ਵਾਸਤੇ? ਅਤੇ ਨਾਲੇ ਵੀ ਤੁਸੀਂ ਕਿਹਾ ਸੀ ਵੀ ਜ਼ਿਆਦਾਤਰ ਪ੍ਰਵਾਸੀ ਲੋਕ ਆਉਂਦੇ ਨੇ, ਪੰਜਾਬੀ ਘੱਟ ਆਉਂਦੇ ਨੇ, ਉਸ ਤੋਂ ਬਾਅਦ ਪੰਜਾਬੀਆਂ ਦੀ ਭਰਮਾਰ ਹੋ ਗਈ ਸੀ, ਅਤੇ ਕਿੰਨਾ ਕੰਮ ਕਰ ਚੱਲਿਆ?
ਬਸ ਜਿਵੇਂ ਦਾ ਵੀਡੀਓ ਪੈਣ ਤੋਂ ਬਾਅਦ ਸਭ ਅੰਮ੍ਰਿਤਸਰ ਵਾਸੀਆਂ ਪੰਜਾਬੀ ਵਾਸੀਆਂ ਨੇ ਪਿਆਰ ਦਿੱਤਾ, ਬਸ ਐਵੇਂ ਦਾ ਪਿਆਰ ਬਣਾਏ ਰੱਖਿਓ, ਬਸ ਪਿਆਰ ਨਾ ਘੱਟ ਕਰਿਓ, ਪਿਆਰ ਬਣਾਏ ਰੱਖਿਓ ਸਾਡੇ ਨਾਲ ਐਵੇਂ ਦਾ ਹੀ। ਬਸ ਉਹਨਾਂ ਬਾਬਾ ਜੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਅਤੇ ਲੰਬੀਆਂ ਉਮਰਾਂ ਬਖਸ਼ਣ, ਬਸ ਐਵੇਂ ਸੇਵਾ ਕਰਦੇ ਰਹਿਣ, ਸਭ ਦੇ ਬੱਚਿਆਂ ਨੂੰ ਖੁਸ਼ ਰਹੂ ਕਰਕੇ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਉਸ ਭੈਣ ਦੇ ਨਾਲ, ਜਿਸ ਭੈਣ ਦੀ ਧੀ ਜਿਹੜੀ ਕਿ ਸਹਿਜ ਆ 5.5 ਸਾਲ ਦੀ, ਬਾਬਾ ਜੀ ਅਰਦਾਸ ਕੀਤੀ ਸੀ ਵੀ ਉਹਦੀ ਮੰਮਾ ਦਾ ਕੰਮ ਘਰ ਚੱਲੇ ਅਤੇ ਉਹਨੂੰ ਬਾਬਾ ਜੀ ਕੋਲ ਸਾਈਕਲ ਲੈ ਕੇ ਦੇਣ, ਬਾਬਾ ਜੀ ਕੋਲ ਸਾਈਕਲ ਚਾਹੀਦਾ ਉਸ ਨੂੰ। ਪਰ ਸੱਚੇ ਪਾਤਸ਼ਾਹ ਨੇ ਅਰਦਾਸ ਬੇਨਤੀ ਪ੍ਰਵਾਨ ਕਰਤੀ, ਰੱਬ ਦਾ ਫਰਿਸ਼ਤਾ ਬਣ ਕੇ ਆਏ ਨੇ ਵੀ ਦਲੀਪ ਜੀ ਸਾਈਕਲ ਲੈ ਕੇ ਆਏ ਨੇ। ਇਸ ਕਰਕੇ ਜਿਹੜੇ ਕਿ ਵਧਾਈ ਦੇ ਪਾਤਰ ਵੀ ਨੇ, ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੇ ਨੇ ਅਤੇ ਲੋਕਾਂ ਨਾਲ ਖੜ੍ਹਦੇ ਨੇ ਆ। ਮੈਨੂੰ ਦਿਓ ਜਾਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਨਿਰਪੱਖ ਪੋਸਟ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਖਾਸ ਸਪੋਰਟ।